ਪਨੂ ਸਾਹਿਬ ਕਹਿੰਦੇ ਵੀ ਜਿਹੜਾ ਇੰਡੀਆ ਦੇ ਵਿੱਚ ਕੋਈ ਵੀ ਬੰਦਾ ਤਿਰੰਗਾ ਫੋਕੂਗਾ ਫੌਜੀ ਤਾਂ ਭਾਈ ਉਹਨੂੰ ਮੈਂ ਪੈਸੇ ਬਹੁਤ ਦੇਵਾਂਗਾ ਅਗਲਾ ਕੁਐਸਚਨ ਇਹ ਹੈ ਵੀ ਜੇਕਰ ਹਾਂ ਭਾਈ ਕਿਸੇ ਨਾਲ ਧੱਕੇ ਹੋਏ ਆ ਤਾਂ ਤੁਸੀਂ ਦੱਸਦੇ ਆਂ ਵੀ ਭਾਈ ਸਾਡੇ ਨਾਲ ਧੱਕੇ ਹੋ ਰਹੇ ਆ ਇਹ ਗਲਤ ਗੱਲ ਆ ਸਾਡੇ ਲੋਕਾਂ ਤੇ ਧੱਕਾ ਹੋ ਰਿਹਾ ਇਹ ਵੀ ਗਲਤ ਗੱਲ ਆ ਪਰ ਜੇ ਆਪਾਂ ਐਂਕ ਅੱਗੇ ਵੀ ਭਾਈ ਤੁਸੀਂ ਉਸ ਟੰਡਿਆ ਨੂੰ ਫੂਕ ਦੋ ਆਪਣੇ ਘਰ ਨੂੰ ਅੱਗ ਲਾ ਲਓ ਜਾਂ ਐਂ ਕਰੋ ਕਿੰਨੀ ਕਿ ਜਾਇਜ਼ ਗੱਲ ਆ ਜੀ ਇਹ ਬਿਲਕੁਲ WhatsApp ਇਸ ਵੇਲੇ ਨਾ ਸੋਸ਼ਲ ਮੀਡੀਆ ਤੇ ਵੀ ਇੱਕ ਅਹਿਮ ਚਰਚਾ ਛੜੀ ਹੋਈ ਆ ਇਹਨਾਂ ਦੇ ਇਸ ਬਿਆਨ ਤੋਂ ਬਾਅਦ ਕਿ ਚਲੋ ਮੰਨ ਲਓ ਕਿ ਕਿਸੇ ਨੇ ਤੁਹਾਡੀ ਗੱਲ ਮੰਨ ਲਈ ਕਿ ਮੰਨ ਲਓ ਕਿ ਕੋਈ ਸਿੱਖ ਫੌਜੀ ਇਦਾਂ ਦਾ ਕੁਝ ਕਰਦਾ ਆ ਕਿਸੇ ਕੰਟਰੀ ਦੇ ਫਲੈਗ ਨੂੰ ਅੱਗ ਲਾ ਦਿੰਦਾ ਉਹਦੇ ਨਾਲ ਤੁਹਾਡਾ ਮਸਲਾ ਕਿਹੜਾ ਹੱਲ ਹੋਇਆ ਉਹਦੇ ਨਾਲ ਕੀ ਮੈਸੇਜ ਨਿਕਲ ਕੇ ਗਿਆ ਕਿ ਉਹਦੇ ਨਾਲ ਬਹੁਤ ਸਾਰੇ ਜਿਹੜੇ ਤੁਹਾਡੇ ਮੁੱਦੇ ਨੇ ਉਹ ਹੱਲ ਹੋ ਜਾਣਗੇ ਉਹਦੇ ਨਾਲ ਮਿਲੂਗਾ ਕੀ ਉਹਦੇ ਨਾਲ ਮਿਲਣਾ ਕੀ WhatsApp ਸਿਰਫ ਤੇ ਸਿਰਫ ਨਫ਼ਰਤ ਵਧਣੀ ਐ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਇੰਡੀਆ ਦੀ ਆਜ਼ਾਦੀ ਦਾ ਜ਼ਿਕਰ ਕੀਤਾ ਜੀ ਇਹਨਾਂ ਨੇ ਗੁਰਪਤਵੰਤ ਪੰਨੋ ਹੋਰਾਂ ਨੇ ਇੱਕ ਵਾਰੀ ਫਿਰ ਤੋਂ ਬਹੁਤ ਵੱਡੇ ਕੰਟਰੋਵਰਸ਼ੀਅਲ ਸਟੇਟਮੈਂਟ ਦੇ ਦਿੱਤੀ ਹੈ ਇਹਨਾਂ ਨੇ ਵੱਡਾ ਐਲਾਨ ਕਰ ਦਿਆ ਕਿ ਜਿਹੜੇ ਸਿੱਖ ਫੌਜੀ ਭਾਰਤ ਦੀ ਫੌਜ ਦੇ ਵਿੱਚ ਸ਼ਾਮਲ ਹੈਗੇ ਆ ਉਹਨਾਂ ਨੂੰ ਮੈਂ ਐਲਾਨ ਕਰਦਾ ਕਿ ਉਹ ਜੇਕਰ ਉਹਨਾਂ ਦੇ ਦੇਸ਼ ਦਾ ਝੰਡਾ ਫੁਕਣਗੇ ਤੇ ਉਹਨਾਂ ਦੇ ਪ੍ਰਧਾਨ ਮੰਤਰੀ ਨੂੰ ਰੋਕਣਗੇ ਤਾਂ ਉਹਨਾਂ ਨੂੰ ਮੈਂ 5 ਲੱਖ ਯੂ ਐਸ ਡਾਲਰ ਦਾ ਅਵਾਰਡ ਦੇਊਗਾ ਆਪਾਂ ਬਹੁਤ ਵਾਰੀ ਦੇਖਿਆ ਕਿ ਇਦਾਂ ਦੀਆਂ ਸਟੇਟਮੈਂਟਸ ਇਹ ਅਕਸਰ ਦਿੰਦੇ ਰਹਿੰਦੇ ਆ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਕੁਝ ਇਦਾਂ ਦਾ ਲਿਖਦੇ ਰਹਿੰਦੇ ਆ ਸੋ ਹੁਣ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਪੰਨੋ ਹੋਰਾਂ ਨੇ ਇਹ ਕਿਹਾ ਕਿ ਤੁਹਾਡਾ 78ਵਾਂ ਸੁਤੰਤਰਤਾ ਦਿਵਸ ਜਾਂ ਇੰਡੀਪੈਂਡੈਂਸ ਡੇ ਹੈਗਾ ਪਰ ਇਹਨਾਂ ਨੇ ਕਿਹਾ ਕਿ ਤੁਹਾਡੇ ਪਰਿਵਾਰ ਤੁਸੀਂ ਸਿੱਖ ਕੌਮ ਅਜੇ ਵੀ ਗੁਲਾਮ ਇਹਨਾਂ ਨੇ ਕਿਹਾ ਕਿ ਸਿੱਖ ਫੌਜੀਆਂ ਨੂੰ 1984 ਨਹੀਂ ਭੁੱਲਣਾ ਚਾਹੀਦਾ ਰਮੰਦਰ ਸਾਹਿਬ ਦੇ ਉੱਤੇ ਜੋ ਕੁਝ ਹੋਇਆ ਉਹ ਨਹੀਂ ਭੁੱਲਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਵਿੱਚ ਜਿਹੜੀ ਸਿੱਖ ਵਿਧਵਾ ਬਸਤੀ ਆ ਉਹਦਾ ਵੀ ਜ਼ਿਕਰ ਕੀਤਾ ਸਿੱਖਾਂ ਦੇ ਸਿਰ ਤੇ ਜਿਹੜੀ ਦਸਤਾਰ ਤੇ ਟੋਪੀ ਉਹਦੇ ਵਿੱਚ ਇੱਕ ਫਰਕ ਦਾ ਇਹਨਾਂ ਨੇ ਜ਼ਿਕਰ ਕੀਤਾ ਕੇਸਰੀ ਤੇ ਖਾਕੀ ਦਾ ਫਰਕ ਜਿਹੜਾ ਉਹਦੇ ਬਾਰੇ ਇਹਨਾਂ ਨੇ ਗੱਲਬਾਤ ਕੀਤੀ ਹੈ ਸਾਰੀ ਗੱਲਬਾਤ ਦੇ ਵਿੱਚ ਕਰ ਕਰਾ ਕੇ ਇਹਨਾਂ ਨੇ ਇਹੀ ਕਿਹਾ ਕਿ ਤੁਹਾਨੂੰ 5 ਲੱਖ ਯੂ ਐਸ ਡਾਲਰ ਦੇਵਾਂਗਾ ਜੇਕਰ ਤੁਸੀਂ ਆਪਣੇ ਦੇਸ਼ ਦੇ ਫਲੈਗ ਨੂੰ ਫੁਕੋਗੇ ਤੇ ਨਰਿੰਦਰ ਮੋਦੀ ਹੋਰਾਂ ਦਾ ਰਾਹ ਰੋਕੋਗੇ ਉਹਦੇ ਵਿੱਚ ਬਰਾੜ ਸਾਹਿਬ ਬਹੁਤ ਸਾਰੇ ਲੋਕ ਇਸ ਚੀਜ਼ ਦੇ ਉੱਤੇ ਅਕਸਰ ਇਤਰਾਜ਼ ਵੀ ਦਰਜ ਕਰਦੇ ਹੁੰਦੇ ਆ ਜਿੱਦਾਂ ਦੇ ਬਿਆਨੇ ਦੇ ਰਹੇ ਆ ਬਹੁਤ ਸਾਰੇ ਪੰਜਾਬੀ ਮੈਨੂੰ ਲੱਗਦਾ ਕਿ ਪੂਰੀ ਦੁਨੀਆ ਦੇ ਵਿੱਚ ਸ਼ਾਇਦ ਹੀ ਕੋਈ ਪੰਜਾਬੀ ਹੋਵੇ ਜਿਹਨੂੰ 1984 ਦਾ ਦੁੱਖ ਨਾ ਹੋਊਗਾ ਹਰ ਇੱਕ ਬੰਦੇ ਨੂੰ ਹੈਗਾ 1984 ਦਾ ਦੁੱਖ ਪਰ ਇਹਦੇ ਵਿੱਚ ਆਪਾਂ ਕਿਸੇ ਨੂੰ ਇਦਾਂ 扑ਕਾ ਨਹੀਂ ਸਕਦੇ ਸਭ ਤੋਂ ਪਹਿਲੀ ਗੱਲ ਤਾਂ ਇਹ ਹੁੰਦੀ ਆ ਕਿ ਜੇ ਕੋਈ ਆਪਣੇ ਆਪ ਨੂੰ ਲੀਡਰ ਕਹਾਉਂਦਾ ਇਹ ਕਹਿੰਦਾ ਕਿ ਮੈਂ ਲੀਡਰ ਆ ਮੈਂ ਵਾਰੀਅਰ ਆ ਤਾਂ ਉਹਦਾ ਫਰਜ਼ ਬਣਦਾ ਕਿ ਉਹ ਫਰੰਟ ਤੋਂ ਲੀਡ ਕਰੇ ਜੇ ਕਿਰਪਾਈਏ ਕੁਝ ਕਰਨਾ ਤਾਂ ਇੰਡੀਆ ਆਪ ਜਾਣਾ ਚਾਹੀਦਾ ਬੰਦੇ ਨੂੰ ਕਿਸੇ ਨੂੰ ਪੜਕਾਉਣ ਦੀ ਬਜਾਏ ਬਹੁਤ ਸਾਰੇ ਇਸ ਵੇਲੇ ਪੰਜਾਬ ਦੇ ਨੌਜਵਾਨ ਮੁੰਡੇ ਹੈਗੇ ਆ ਜਿਹੜੇ ਭਾਰਤੀ ਫੌਜ ਦੇ ਵਿੱਚ ਜੌਬ ਕਰਦੇ ਆ ਭਾਰਤੀ ਫੌਜ ਦੇ ਵਿੱਚ ਸਿੱਖਾਂ ਦਾ ਕਿੰਨਾ ਰਤਬਾ ਹੈ ਸਭ ਨੂੰ ਪਤਾ ਹੈ ਸਿੱਖਾਂ ਦੀ ਕੀ ਗੱਲ ਬਾਤ ਹੈ ਹਾਲਾਂਕਿ ਜਿਹੜੇ ਉਹ ਜਿਹੜੇ ਟਰੱਕ ਹੈ ਜਿਨ੍ਹਾਂ ਦੇ ਉੱਤੇ ਮੂਵ ਕਰਦੇ ਆ ਤੁਸੀਂ ਦੇਖਿਆ ਹੋਣਾ ਉਹਦੇ ਉੱਤੇ ਇੰਡੀਆ ਦਾ ਝੰਡਾ ਤਾਂ ਹੁੰਦਾ ਪਰ ਉਹਦੇ ਉੱਤੇ ਕੇਸਰੀ ਨਿਸ਼ਾਨ ਸਾਹਿਬ ਵੀ ਲੱਗਿਆ ਹੁੰਦਾ ਜਿਹੜੀਆਂ ਸਿੱਖ ਰੈਜਿਮੈਂਟਸ ਹੈਗੀਆਂ ਨੇ ਉੱਥੇ ਗੁਰੂ ਗ੍ਰੰਥ ਸਾਹਿਬ ਨੂੰ ਬਹੁਤ ਆਦਰ ਸਤਕਾਰ ਨਾਲ ਰੱਖਿਆ ਹੁੰਦਾ ਚਲੋ ਆਪਾਂ ਇਸ ਵਿਸ਼ੇ ਦੇ ਵਿੱਚ ਬਹੁਤਾ ਡੀਪ ਨਹੀਂ ਜਾਂਦੇ ਪਰ ਮੁੱਖ ਦੀ ਗੱਲ ਇਹ ਹੈ ਕਿ ਐਸਵੇ ਲਈ ਇੰਟਰਨੈਟ ਦੇ ਉੱਤੇ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਪਹਿਲਾਂ ਵੀ ਇਹਨਾਂ ਨੇ ਇੱਕ ਵਾਰੀ ਗੱਲ ਕੀਤੀ ਸੀ ਜਦੋਂ ਇਹਨਾਂ ਨੇ ਪ੍ਰਾਈਮ ਮਿਨਿਸਟਰ ਦਾ ਸਿਰ ਲਾਉਣ ਦੀ ਗੱਲ ਆਖੀ ਸੀ ਮੇਰੇ ਖਿਆਲ ਉਹਦੋਂ 10 ਲੱਖ ਡਾਲਰ ਦਾ ਸੀਗਾ ਪਰ ਇਹੋ ਜਿਹੇ ਸਟੇਟਮੈਂਟਸ ਹੀ ਦਿੰਦੇ ਰਹਿੰਦੇ ਆ ਸਮੇਂ-ਸਮੇਂ ਤੇ ਪਤਾ ਸਭ ਨੂੰ ਹੀ ਆ ਕਿ ਨਾ ਤਾਂ 5 ਲੱਖ ਡਾਲਰ ਜਿਹੜਾ ਉਹ ਆਫਰ ਹੋਣਾ ਤੇ ਨਾ ਹੀ ਇਦਾਂ ਦਾ ਕੁਝ ਕੋਈ ਕਰੂਗਾ ਪਰ ਪਤਾ ਨਹੀਂ ਕਿਉਂ ਫਿਰ ਵੀ ਸੁਰਖੀਆਂ ਦੇ ਵਿੱਚ ਬੰਦੇ ਲਈ ਇਦਾਂ ਦਾ ਕੁਝ ਕਰਦੇ ਰਹਿੰਦੇ ਆ ਬਿਲਕੁਲ ਜੀ ਇੱਕ ਬੰਦੇ ਨੇ ਐਵੇਂ ਕੋਈ ਬੰਦਾ ਕਹਿੰਦਾ ਵੀ ਕਹਿੰਦੇ ਜਿਹੜੇ ਝੰਡੇ ਵਾਲੀ ਗੱਲ ਆ ਨਾ ਇਹ ਕਰਨੀ ਨਹੀਂ ਚਾਹੀਦੀ ਉਹਦਾ ਵਿਚਾਰ ਸੀਗਾ ਉਹ ਕਹਿੰਦੇ ਵੀ ਜਿਹੜੇ ਉਹ ਝੰਡੇ ਲਈ ਉਹ ਝੰਡਾ 1947 ਦੇ ਵਿੱਚ ਬਣਿਆ ਉਸ ਲਈ ਆਪਣੇ ਸਿੱਖਾਂ ਨੇ ਵੀ ਬਹੁਤ ਕੁਰਬਾਨੀਆਂ ਦਿੱਤੀਆਂ ਤੇ ਆਪਣੇ ਬੰਦਿਆਂ ਨੇ ਵੀ ਸਾਰਿਆਂ ਨੇ ਦਿੱਤੀਆਂ ਤੇ ਉਸ ਦੀ ਜੇਕਰ ਤੁਸੀਂ ਉਹਨੂੰ ਨਹੀਂ ਉਹਨੂੰ ਕਰਦੇ ਉੱਥੋਂ ਦੇ ਲੋਕਾਂ ਦਾ ਹੋ ਸਕਦਾ ਉੱਥੋਂ ਦੇ ਲੀਡਰ ਨਾਲ ਤੁਹਾਡਾ ਵਿਰੋਧ ਹੋ ਸਕਦਾ ਕਿਸੇ ਤਬਕੇ ਨਾਲ ਹੋ ਸਕਦਾ ਪਰ ਤੁਹਾਡਾ ਝੰਡੇ ਨਾਲ ਨਹੀਂ ਹੋਣਾ ਚਾਹੀਦਾ ਉਹਦੇ ਲਈ ਬਹੁਤ ਕਾਲਣਾ ਕਾਲੀ ਆ ਦੂਜੀ ਗੱਲ ਇਹ ਆ ਵੀ ਜੇਕਰ ਫੌਜੀ ਇੱਕ ਅੱਧਾ ਕੋਈ ਕਾਰਵੀ ਦਿੰਦਾ ਤਾਂ ਕਿਤੇ ਨਾ ਕਿਤੇ ਸਾਰੇ ਫੌਜੀਆ ਦੇ ਪ੍ਰਤੀ ਇਹੋ ਜਿਹਾ ਵਿਹਾਰ ਨਹੀਂ ਹੋਣ ਲੱਗ ਜੂ ਭਾਈ ਇਹਨਾਂ ਨੇ ਤਾਂ ਐਂ ਕਰਤਾ ਸੀ ਇਹਨਾਂ ਤੇ ਕੋਈ ਸਾਨੂੰ ਵਿਸ਼ਵਾਸ ਨਹੀਂ ਹੈਗਾ ਤੇ ਬਹੁਤੇ ਫੌਜੀਆ ਦਾ ਪਰਿਵਾਰ ਦਾ ਘਰ ਦਾ ਚੁੱਲ੍ਹਾ ਉਹਨਾਂ ਤੇ ਚੱਲਦਾ ਹੋਣਾ ਤਾਂ ਕਿਤੇ ਨਾ ਕਿਤੇ ਪ੍ਰਮੋਸ਼ਨਾਂ ਵੀ ਕਮੀ-ਕੁਮੀ ਰਹਿ ਸਕਦੀ ਆ ਸੋ ਦੂਜਾ ਤੀਜਾ ਤਰੀਕਾ ਇਹ ਆ ਵੀ ਭਾਈ ਜੇ ਗੱਲ ਕਰਨ ਦਾ ਤਰੀਕਾ ਹੈਗਾ ਜਿਵੇਂ ਪਿੱਛੇ ਜੇ ਆਪਣੇ ਭਾਈ ਅਮਰਤਪਾਲ ਜੀ ਐਮਪੀ ਬਣ ਗਏ ਉਹਨਾਂ ਨੇ ਇਹ ਤਾਂ ਸ਼ੱਕ ਕਰਤਾ ਨਾ ਵੀ ਭਾਈ ਸਾਨੂੰ ਲੋਕ ਚਾਹੁੰਦੇ ਆ ਲੋਕ ਸਾਡੀਆਂ ਗੱਲਾਂ ਬਾਤਾਂ ਨੂੰ ਪਸੰਦ ਕਰਦੇ ਆ ਤੇ ਸਾਨੂੰ ਤਾਂਗੂ ਕਰਕੇ ਚੁਣਿਆ ਹੈਗਾ ਤੇ ਉੱਥੇ ਦੂਜੇ ਦੇਸ਼ਾਂ ਦੇ ਵਿੱਚ ਜਿਹੜੇ ਬੈਠੇ ਆ ਆਪਣੇ ਭਾਰਤੀ ਉਹ ਵੀ ਕਹਿੰਦੇ ਵੀ ਇਹ ਦੇਖੋ ਜੀ ਲੋਕਾਂ ਦੀ ਪਸੰਦਤਾ ਸੀਗੇ ਲੋਕਾਂ ਨੇ ਇਹਨਾਂ ਨੂੰ ਪ੍ਰਤੀਨਿਧੀ ਬਣਾਇਆ ਤੇ ਇਹਨਾਂ ਨੂੰ ਬਾਹਰ ਆਉਣਾ ਚਾਹੀਦਾ ਉੱਥੇ ਫਿਰ ਸਾਰੇ ਖੁੱਲ ਕੇ ਬੋਲ ਵੀ ਰਹੇ ਆ ਪਰ ਇਹ ਕਹਿਣਾ ਜੇ ਇਹ ਕਰਨਾ ਮੈਨੂੰ ਕਿਤੇ ਨਾ ਕਿਤੇ ਠੀਕ ਨਹੀਂ ਲੱਗਦਾ ਕਿਤੇ ਨਾ ਕਿਤੇ ਢੜਕਾਉਣਾ ਵੀ ਬਣ ਜਾਂਦਾ ਪਰ ਆਪਾਂ ਇਹੋ ਜਿਹੀ ਖਬਰਾਂ ਕਰਨਾ ਤਾਂ ਵੀ ਜ਼ਰੂਰੀ ਹੁੰਦਾ ਕਿਤੇ ਨਾ ਕਿਤੇ ਸਿਹਤ ਦੇਣ ਵਾਸਤੇ ਜਾਂ ਕੋ ਗੰਦਾ ਗਲਤ ਕਰ ਨਾ ਸਕੇ ਤਾਂ ਆਪਣਾ ਉੱਥੇ ਫਰਜ਼ ਵੀ ਬਣਦਾ ਹੈ ਬਿਲਕੁਲ ਬੈਟਸਪ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਨ੍ਹਾਂ ਨੇ 1984 ਦੇ ਵਿੱਚ ਕੀਤਾ ਸੀਗਾ ਕਿ ਉਹਦੇ ਵਿੱਚ ਕਿਸੇ ਝੰਡੇ ਦਾ ਕਸੂਰਤਾ ਨਹੀਂ ਸੀਗਾ ਆਪਾਂ ਬਹੁਤ ਵਾਰੀ ਗੱਲਬਾਤ ਕਰਦੇ ਹੁੰਦੇ ਆ ਕਿ ਇੱਕ ਹੋ ਸਕਦਾ ਖਾਸ ਕਲਾਸ ਹੋਵੇ ਖਾਸ ਕਲਾਸ ਦੇ ਵਿੱਚ ਗਿਣਤੀ ਦੇ ਬੰਦੇ ਹੁੰਦੇ ਆ ਜਿਨ੍ਹਾਂ ਨੇ ਇਦਾਂ ਦਾ ਕੁਝ ਘੜਿਆ ਹੁੰਦਾ ਉਹ ਬੰਦੇ ਜੇ ਉਦੋਂ ਉਹਨਾਂ ਨੇ ਮਾੜਾ ਕੀਤਾ ਤੇ ਉਹਨਾਂ ਨੂੰ ਸਮੇਂ-ਸਮੇਂ ਤੇ ਭੁਗਤਣਾ ਪਿਆ ਠੀਕ ਹੈ ਤੁਹਾਡੀ ਕਿਸੇ ਬੰਦੇ ਦੇ ਨਾਲ ਕਿਸੇ ਗਰੁੱਪ ਦੇ ਨਾਲ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਵਿਚਾਰ ਧਾਰਕ ਮਤਭੇਦ ਹੋ ਸਕਦੇ ਆ ਪਰ ਇਹਦੇ ਚੱਲਦੇ ਆ ਤੁਸੀਂ ਪੂਰੀ ਦੀ ਪੂਰੀ ਇੱਕ ਜਮਾਤ ਨੂੰ ਜਾਂ ਇੱਕ ਪਾਰਟਿਕੂਲਰ ਧਰਮ ਨੂੰ ਜਾਂ ਇੱਕ ਪਾਰਟਿਕੂਲਰ ਜਾਤ ਨੂੰ ਨਹੀਂ ਤੁਸੀਂ ਭੰਡ ਸਕਦੇ ਕਿਉਂਕਿ ਉਹਦੇ ਵਿੱਚ ਬਹੁਤ ਸਾਰੇ ਲੋਕ ਉਹ ਵੀ ਨੇ ਜਿਹੜੇ ਇਸ ਵੇਲੇ ਸਾਡੀ ਕਮਿਊਨਿਟੀ ਨੂੰ ਸਾਡੇ ਲੋਕਾਂ ਨੂੰ ਪਿਆਰ ਵੀ ਕਰਦੇ ਆ ਸਪੋਰਟ ਵੀ ਕਰਦੇ ਆ ਰੀਸੈਂਟਲੀ ਆਪਾਂ ਕਿਸਾਨੀ ਮੋਰਚੇ ਦੇ ਵਿੱਚ ਦੇਖਿਆ ਕਿਵੇਂ ਪੰਜਾਬ ਦਾ ਤੇ ਹਰਿਆਣੇ ਦਾ ਦੋ ਭਾਈਚਾਰੇ ਇੱਥੇ ਰਹਿੰਦੇ ਨੇ ਸਿੱਖ ਭਾਈਚਾਰਾ Hindu ਭਾਈਚਾਰਾ ਵਿੱਚ ਹੀ ਮੁਸਲਮਾਨ ਭਾਈਚਾਰਾ ਵੀ ਸੀਗਾ ਕਿਵੇਂ ਪਿਆਰ ਉਦੋਂ ਉਮੜਿਆ ਕਿਵੇਂ ਸਾਰਿਆਂ ਨੇ ਧਰਮਾਂ ਤੋਂ ਉੱਪਰ ਉੱਠ ਕੇ ਆਪਣੇ ਤੇ ਦੇ ਲਈ ਜਾ ਕੇ ਉਥੇ ਸਪੋਰਟ ਕੀਤਾ ਇੱਕ ਗੱਲ ਬਾਤ ਤਾਂ ਇਹ ਹੈ ਦੂਜੀ ਗੱਲ ਬਾਤ ਇਹ ਹੈ ਬਰਾਟ ਸਾਹਿਬ ਜੇ 10 ਲੱਖ ਡਾਲਰ ਜਾਂ 5 ਲੱਖ ਡਾਲਰ ਇਦਾਂ ਪਾਏ ਨਹੀਂ ਤੇ ਇਹਦੇ ਨਾਲ ਇੱਕ ਐਗਜ਼ਾਮਪਲ ਕ੍ਰੀਏਟ ਕਰੋ ਨਾ ਦੋ ਤਿੰਨ ਪਿੰਡ ਤੁਸੀਂ ਲੈ ਲਵੋ ਆਖੋ ਕਿ ਆਹ ਪਿੰਡ ਭਾਈ ਇਹਨਾਂ ਪਿੰਡਾਂ ਦੀ ਜਿਹੜੀ ਹੈਗੀ ਹੈ ਦੇਖ ਰੇ ਇੱਕ ਸਾਹਮ ਸੰਭਾਲ ਮੈਂ ਸਰਕਾਰਾਂ ਤੋਂ ਉਮੀਦ ਨਹੀਂ ਕਰਦਾ ਮੈਂ ਇਹਨਾਂ ਪਿੰਡਾਂ ਨੂੰ ਕੈਲੀਫੋਰਨੀਆ ਵਰਗੇ ਜਾਂ ਕੈਨੇਡਾ ਦੇ ਕਿਸੇ ਸ਼ਹਿਰ ਵਰਗੇ ਜਾਂ ਪੰਜਾਬ ਦੇ ਕਿਸੇ ਸੌਰੀ ਯੂਐਸ ਦੇ ਕਿਸੇ ਸ਼ਹਿਰ ਵਰਗੇ ਬਣਾਉਂਗਾ ਇੱਥੇ ਮੈਂ ਸਿਸਟਮ ਬਹੁਤ ਜ਼ਬਰਦਸਤ ਲਿਆ ਦੂੰਗਾ ਇੱਥੋਂ ਦੀ ਐਜੂਕੇਸ਼ਨ ਬਹੁਤ ਉਤਲੇ ਲੈਵਲ ਦੀ ਹੋਊਗੀ ਹੈਲਥ케ਅਰ ਬੜਾ ਜ਼ਬਰਦਸਤ ਹੋਊਗਾ ਇੱਥੇ ਸਾਫ ਸਪਾਈ ਦਾ ਕਿ ਪ੍ਰੋਪਰ ਪ੍ਰਬੰਧ ਹੋਊਗਾ ਤੇ ਮੈਂ ਲੱਖਾਂ ਨਹੀਂ ਤਾਂ ਘੱਟੋ-ਘੱਟ ਹਜ਼ਾਰਾਂ ਨਹੀਂ ਤਾਂ ਸੈਂਕੜੇ ਲੋਕਾਂ ਨੂੰ ਮੈਂ ਜੌਬ ਵੀ ਦੇਊਗਾ 5 ਲੱਖ ਡਾਲਰ ਦੇ ਵਿੱਚ ਤਾਂ ਬਰਾਤਸਾ ਬੜਾ ਕੁਝ ਹੋ ਸਕਦਾ ਹੈ ਸੋ ਹੋਰਾਂ ਕਮਾਂ ਦੇ ਉੱਤੇ ਢਕਾਉਣ ਵਾਲੇ ਕਮਾਕਾਰਾਂ ਨੂੰ ਛੱਡ ਕੇ ਡਿਵੈਲਪਮੈਂਟ ਦੇ ਵਾਲੇ ਪਾਸੇ ਜਾਂ ਐਜੂਕੇਸ਼ਨ ਵਾਲੇ ਪਾਸੇ 5 ਲੱਖ ਡਾਲਰ ਲਾ ਕੇ ਕੋਈ ਵਧੀਆ ਸਕੂਲ ਖੋਲ੍ਹ ਦਿਓ ਜਿਹਦੇ ਵਿੱਚੋਂ ਬਹੁਤ ਜ਼ਬਰਦਸਤ ਕਿਸਮ ਦੇ ਬੱਚੇ ਪੜ ਕੇ ਨਿਕਲ ਤੇ ਜਾ ਕੇ ਜਿਹੜੇ ਚੰਗੇ ਰੈਂਕਸ ਦੇ ਵਿੱਚ ਪਹੁੰਚਣ ਤੇ ਤੁਹਾਨੂੰ ਨਫ਼ਰਤ ਕਰਨ ਦੀ ਲੋੜ ਹੀ ਨਾ ਪਵੇ ਇਦਾਂ ਹੀ ਆਪਣੇ ਇੱਕ ਦਰਸ਼ਕ ਦੀ ਕਮੈਂਟ ਪੜਿਆ ਉਹ ਕਹਿੰਦੇ ਵੀ ਕੀ ਛੰਡੇ ਸੜਨ ਨਾਲ ਸਾਡਾ ਸੋਲੂਸ਼ਨ ਹੋ ਸਕਦਾ ਕੀ ਛੱਡੇ ਸੜਨ ਨਾਲ ਜਿਹੜੇ ਆਪਣੇ ਨਾਲ ਤੱਕੇ ਹੋਇਆ ਉਹ ਹੋ ਸਕਦੇ ਆ ਜਾਂ ਤਾਂ ਪੋਜੀਸ਼ਨਾਂ ਹਾਸਲ ਕਰੋ ਜਾਂ ਤੁਸੀਂ ਆਪਣੇ ਉਮੀਦਵਾਰ ਇਹੋ ਜੇ ਖੜੇ ਕਰੋ ਵੀ ਦਿਖਾਓ ਜਿਵੇਂ ਭਾਈ ਅਮਰਤਪਾਲ ਜੀ ਜਿੱਤੇ ਹੈਗੇ ਆ ਵੀ ਆਹ ਦੇਖੋ ਜੀ ਸਾਨੂੰ ਲੋਕ ਚਾਹੁੰਦੇ ਆ ਸੀ ਲੋਕਾਂ ਦਾ ਚੰਗਾ ਕੰਮ ਕਰਦੇ ਹੈਗੇ ਆ ਕੀ ਜਿਹੜੇ ਇਸ ਤਰ੍ਹਾਂ ਐਕਟੀਵਿਟੀਗਾਂ ਜਿਹੜੀਆਂ ਹੁੰਦੀਆਂ ਕਹਿਣ ਨਾਲ ਕਹਿੰਦੇ ਵੀ ਜਿਹੜੇ ਬਹੁਤ ਥੋੜੇ-ਬਹੁਤ ਲੋਕਾਂ ਦੇ ਵਿੱਚ ਦਰਦ ਹੁੰਦਾ ਉਹਨਾਂ ਦੇ ਵਿੱਚ ਕਮੀਆਂ ਆ ਜਾਂਦੀਆਂ ਕਿਤੇ ਨਾ ਕਿਤੇ ਜਿਹੜੀ ਵਿਰੋਧੀ ਧਿਰ ਹੁੰਦੀ ਹੈ ਉਹਨੂੰ ਪਾਵਰ ਦੇ ਦਿੰਦੇ ਇਹੋ ਜੇ ਵਰਲਡ ਇਹ ਦਰਸ਼ਕ ਦਾ ਕਹਿਣਾ ਹੈ ਦਰਸ਼ਕ ਦਾ ਕਿਉਂ ਕਹਿਣਾ ਹੈਗਾ ਜੀ ਕਮੈਂਟ ਦੇ ਵਿੱਚ ਬਲੱਟਸਪਾ ਮੈਂ ਅਕਸਰ ਦੇਖਦਾ ਹੋਂ ਨਾ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਹੁੰਦੇ ਆ ਕਿ ਜਿਸ ਤਰੀਕੇ ਦੇ ਬਿਆਨ ਪੰਨੂ ਸਾਹਿਬ ਦਿੰਦੇ ਨੇ ਉਹਨਾਂ ਤੋਂ ਅਕਸਰ ਐਂ ਲੱਗਦਾ ਹੁੰਦਾ ਕਿ ਇਹਨਾਂ ਤੋਂ ਕਿਸੇ ਰਾਜਕਰ ਦੀ ਧਿਰ ਨੇ ਕਹਿ ਕੇ ਬਿਆਨ ਦਵਾਇਆ ਹੋਵੇ ਜਿਵੇਂ ਕਿਸਾਨੀ ਮੋਰਚੇ ਦੇ ਵੇਲੇ ਮੋਰਚਾ ਸਿਖਰਾਂ ਤੇ ਚੱਲ ਰਿਹਾ ਸੀ ਤੇ ਉਦੋਂ ਇਹਨਾਂ ਨੇ ਸਿਰ ਵੱਡਣ ਦੀ ਗੱਲ ਕਰ ਦਿੱਤੀ ਸੀ ਤੇ ਮੀਡੀਆ ਨੂੰ ਇੱਕ ਮੁੱਦਾ ਮਿਲ ਗਿਆ ਸੀਗਾ ਕਿ ਭਾਈ ਇਸ ਧਰਨੇ ਨੂੰ ਤਾਂ ਫਲਾਣੇ ਸਪான்ਸਰ ਕਰਦੇ ਆ ਤੇ ਗੱਲ ਬਿਲਕੁਲ ਸਹੀ ਆ ਮੁੱਦਾ ਕੋਈ ਇਦਾਂ ਹੱਲ ਨਹੀਂ ਹੁੰਦਾਗਾ ਕਿਸੇ ਝੰਡੇ ਨਵਾਂ ਅਗ ਲਾ ਕੇ ਉਦੋਂ ਬਿਹਤਰ ਇਹ ਆ ਕਿ ਇਸ ਵੇਲੇ ਤੁਹਾਡੇ ਕੋਲੇ ਜੇ 5 ਲੱਖ ਯੂ ਐਸ ਡਾਲਰ ਸਰਪਲਸ ਹੈਗਾ ਤੁਸੀਂ ਦੇਣਾ ਤਾਂ 2.5 ਲੱਖ ਦਿਓ ਤੁਸੀਂ ਭਾਈ ਅਮਰਤਪਾਲ ਸਿੰਘ ਹੋਰਾਂ ਦੀ ਕੌਨਸੀ ਟਿਊਐਂਸੀ ਦੇ ਵਿੱਚ ਲੋਕਾਂ ਨੂੰ ਡਵੈਲਪਮੈਂਟ ਕਰਕੇ ਦਿਓ 2.5 ਲੱਖ ਦਿਓ ਫਰੀਦਕੋਟ ਭਾਈ ਸਰਵਜੀਤ ਸਿੰਘ ਹੋਰਾਂ ਨੂੰ ਤਾਂ ਕਿ ਲੋਕ ਆਖਣ ਪਈਏ ਜਦੋਂ ਇਹਨਾਂ ਬੰਦਿਆਂ ਨੂੰ ਚੁੰਦੇ ਆਂ ਜੀ ਫਿਰ ਤਾਂ ਬਾਹਰੋਂ ਵੀ ਪੈਸਾ ਆਉਂਦਾ ਤੇ ਡਿਵੈਲਪਮੈਂਟ ਬੜੀ ਜ਼ਬਰਦਸਤ ਹੋ ਜਾਂਦੀ ਆ ਅੱਗੇ ਜਿਹੜੇ ਪੰਜਾਬ ਦੇ ਐਮਪੀ ਨੇ ਜਾਂ ਐਮਐਲਏ ਨੇ ਉਹ ਫਿਰ ਲਾਈਕ ਮਾਈਂਡਡ ਹੋ ਜਾਣ ਜਿਵੇਂ ਜਿੱਦਾਂ ਤੁਸੀਂ ਸੋਚਦੇ ਉਦਾਂ ਤੇ ਹੋ ਜਾਣ ਮੇਨ ਗੱਲ ਤੇ ਇਹ ਕਿ ਪੰਜਾਬ ਦੇ ਲੋਕਾਂ ਦਾ ਫਾਇਦਾ ਹੋ ਜੇ ਜੇਕਰ ਤੁਹਾਡੇ ਕੋਲੇ ਕੋਈ ਇਦਾਂ ਦੀ ਸਰਪਲਸ ਮਣੀ ਹੈਗੀ ਹੈ ਪੰਜਾਬ ਦੀ ਬੈਟਰਮੈਂਟ ਕਰਨੀ ਹੈ ਤੁਸੀਂ ਆਪਣੀ ਸਟੇਟਮੈਂਟ ਦੇ ਵਿੱਚ ਦਿੱਲੀ ਦੀ ਉਸ ਵਿਧਵਾ ਕਲੋਨੀ ਦਾ ਜ਼ਿਕਰ ਕੀਤਾ ਉੱਥੇ ਜਾ ਕੇ ਤੁਸੀਂ ਡਿਵੈਲਪਮੈਂਟ ਕਰ ਦਿਓ ਜਾਂ ਫਿਰ ਉਹਨਾਂ ਨੂੰ ਤੁਸੀਂ ਚੰਗੀਆਂ ਥਾਵਾਂ ਤੇ ਲੈ ਜਾਓ ਮੇਨ ਗੱਲ ਇਹ ਹੈ ਕਿ ਨਫ਼ਰਤ ਲਈ ਇਸ ਵੇਲੇ ਕੋਈ ਥਾਂ ਨਹੀਂ ਹੈਗੀ ਜੇਕਰ ਤੁਹਾਡੀ ਕਿਸੇ ਨਾਲ ਵਿਚਾਰ ਧਾਰਕ મતਭੇਦ ਆ ਕਿਸੇ ਸਾਂਝੇ ਪਲੈਟਫਾਰਮ ਤੇ ਬੁਲਾ ਕੇ ਉਹਨਾਂ ਦੇ ਨਾਲ ਡਿਬੇਟ ਕਰ ਲੋ ਉਹਨਾਂ ਦੇ ਜਿਹੜੇ ਬਿਆਨ ਦਿੰਦੇ ਨੇ ਉਹਨਾਂ ਨੂੰ ਤੁਸੀਂ ਪਬਲੀਕਲੀ ਅੱਜ ਕੱਲ ਤਾਂ ਤੁਹਾਡੇ ਕੋਲ ਮੀਡੀਅਮ ਬਹੁਤ ਨੇ ਬਹੁਤ ਮਾਧਿਅਮ ਨੇ ਉੱਥੇ ਜਾ ਕੇ ਉਹਨਾਂ ਨੂੰ ਕ੍ਰਿਟਿਸਾਈਜ਼ ਕਰ ਸਕਦੇ ਹੋ ਬਿਲਕੁਲ ਜੀ ਇੱਥੇ ਇਹ ਵੀ ਕਹਿਣਾ ਚਾਹਾਂਗੇ ਵੀ ਜੇਕਰ ਰਾਜ ਸਭਾ ਦੇ ਵਿੱਚ ਮੈਂਬਰ ਵੀ ਚੁਣੇ ਜਾਣਗੇ ਬਾਅਦ ਚ ਫਿਰ ਸੰਸਦ ਦੇ ਵਿੱਚ ਵੀ ਜਾਣਗੇ ਫਿਰ ਤਾਂ ਲੋਕ ਸਭਾ ਦੇ ਵਿੱਚ ਡਟ ਕੇ ਬੋਲ ਸਕਦੇ ਆ ਵੀ ਸਾਡੇ ਨਾਲ ਭਾਈ ਐਵੇਂ ਐਵੇਂ ਹੋਇਆ ਤੇ ਸਾਡੇ ਰਾਜ ਨੂੰ ਜਿਹੜੇ ਉੁਰਾਂ ਜਿਹੜੀਆਂ ਦੇਣੀਆਂ ਚਾਹੀਦੀਆਂ ਵੀ ਸਾਡੇ ਨਾਲ ਪੈਸੇ ਜਿਹੜੇ ਜਿਵੇਂ ਕਹਿ ਦਿੰਦੇ ਵੀ ਸਾਨੂੰ ਪੰਜਾਬ ਨੂੰ ਪੈਸਾ ਨਹੀਂ ਦਿੱਤਾ ਜਾਂਦਾ ਜੇ ਜਾਂਦਾ ਜੇ ਇਹ ਨਹੀਂ ਦਿੱਤਾ ਜਾਂਦਾ ਉਹ ਉੱਥੇ ਜਾ ਕੇ ਬੋਲ ਸਕਦੇ ਫਿਰ ਤਾਂ ਬਿਲਕੁਲ ਬ੍ਰਾਡਸਾਪ ਇਹ ਮੁੱਦੇ ਬ੍ਰਾਡਸਾਪ ਜਾਇਜ਼ ਨਹੀਂ ਇਹਦੇ ਵਿੱਚ ਕੀ ਹੈ ਕਿ ਇਦਾਂ ਦੀ ਜਿਹੜੀ ਹੁੰਦੀ ਹੈ ਨਾ ਆਪਾਂ ਕਹਿ ਸਕਦੇ ਹਾਂ ਭੇਦਭਾਵ ਉਹ ਕੋਈ ਇਦਾਂ ਨਹੀਂ ਕਿ ਕਿਸੇ ਨਾਲ ਪਹਿਲੀ ਵਾਰੀ ਜਾਂ ਦੂਜੀ ਵਾਰੀ ਹੋਇਆ ਜਾਂ ਕਿਸੇ ਇੱਕ ਰਾਜ ਨਾਲ ਹੁੰਦਾ ਆਪਾਂ ਹੁਣ ਗੱਲ ਕਰਦੇ ਹਾਂ ਐਥਲੈਟਿਕਸ ਦੇ ਮਾਮਲੇ ਵਿੱਚ ਆਪਾਂ ਜ਼ਿਕਰ ਕਰਕੇ ਹਟਿਆ ਕਿ ਸਭ ਤੋਂ ਵੱਧ ਐਥਲੀਟ ਪੰਜਾਬ ਹਰਿਆਣਾ ਨੇ ਭੇਜਿਆ ਤੇ ਜਿਹੜਾ ਸਪੋਰਟਸ ਦੇ ਲਈ 인ਫਰਾਸਟਰਕਚਰ ਦੇ ਲਈ ਫੰਡ ਗਿਆ ਉਹ ਸਭ ਤੋਂ ਵੱਜ ਗੁਜਰਾਤ ਨੂੰ ਚਲਿਆ ਗਿਆ ਉਹ ਸਭ ਤੋਂ ਵੱਧ ਉੱਤਰ ਪ੍ਰਦੇਸ਼ ਨੂੰ ਚਲਿਆ ਗਿਆ ਤੇ ਬਿਹਾਰ ਦੇ ਨਾਲ ਬਹੁਤ ਵੱਡਾ ਧੱਕਾ ਹੋਇਆ ਬਿਹਾਰ ਨੂੰ ਤਾਂ 19 ਕਰੋੜ ਗਿਆ ਤੇ ਦੂਜੇ ਪਾਸੇ ਹਜ਼ਾਰਾਂ ਕਰੋੜ ਚਲਿਆ ਗਿਆ ਤੇ ਇਹਦੇ ਵਿੱਚ ਬਿਹਾਰ ਵਾਲੇ ਵੀ ਕੱਲ ਨੂੰ ਕਹਿ ਸਕਦੇ ਆ ਵੀ ਸਾਡੇ ਨਾਲ ਧੱਕਾ ਹੋਇਆ ਸੋ ਇਦਾਂ ਦੇ ਭੇਦਭਾਵ ਜੇ ਮਟਾਉਣੇ ਆ ਤਾਂ ਬਈ ਆਪਣੀ ਪਾਵਰ ਇਸ ਤਰੀਕੇ ਨਾਲ ਦਿਖਾਉਣੀ ਪੈਣੀ ਆ ਕਿ ਅਸੀਂ ਆਈਏਐਸ ਅਫੀਸਰ ਬਹੁਤ ਦਿੰਨੇ ਆ ਸਾਡੇ ਇੱਥੋਂ ਜਿਹੜੇ ਚੁਣਕੇ ਬੰਦੇ ਜਾਂਦੇ ਆ ਬੜੇ ਟੌਪ ਦੇ ਬੰਦੇ ਜਾਂਦੇ ਨੇ ਜਿਹੜੇ ਰਾਜ ਸਭਾ ਦੇ ਵਿੱਚ ਜਿਹੜੇ ਲੋਕ ਸਭਾ ਦੇ ਵਿੱਚ ਜਾਂਦੇ ਨੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਨੇ ਬੜੇ ਤਰੀਕੇ ਨਾਲ ਗੱਲਬਾਤ ਕਰਦੇ ਨੇ ਸੋ ਫਿਰ ਜਾ ਕੇ ਇਹਨਾਂ ਮਸਲਿਆਂ ਦਾ ਹੱਲ ਹੋ ਸਕਦਾ ਹਰ ਇੱਕ ਮਸਲੇ ਜਿਹੜੇ ਜਾ ਕੇ ਭੇਦਭਾਵ ਦਾ ਮਸਲਾ ਉਹਨੂੰ ਹਰ ਇੱਕ ਨੂੰ ਆਪਾਂ ਨਫ਼ਰਤ ਦੀ ਅੱਖ ਨਾਲ ਨਹੀਂ ਦੇਖ ਸਕਦੇ